ਕੋਈ ਵੀ ਕਿਸੇ ਤਰ੍ਹਾਂ ਵੀ ਰੋਗ ਹੋਵੇ, ਕੁਛ ਵੀ ਹੋਵੇ, ਹਰ ਤਰ੍ਹਾਂ ਰੋਗ ਬਾਬੇ ਦੀ ਇੱਕ ਚੁਟਕੀ ਭਗੂਤੀ ਦੇ ਨਾਲ ਹੀ ਸਭ ਠੀਕ ਹੋਣਾ ਸ਼ੁਰੂ ਹੋ ਜਾਂਦਾ। ਜਿੱਥੇ ਪ੍ਰਭੂ ਦੀ ਕਹਿੰਦਾ ਇੱਛਾ ਹੋਊਗੀ ਉੱਥੇ ਹੀ ਜਾਊਗੀ। ਦੇਖੋ ਉੱਥੇ ਨਹੀਂ ਦਿੱਤੀ ਗਈ, ਉਹ ਜਿਸ ਜਗ੍ਹਾ ਜਾਣੀ ਸੀ ਉਹ ਜਗ੍ਹਾ ਜਾਗ੍ਰਿਤ ਹੋਏਗੀ। ਹੁਣ ਇਹ ਜਗ੍ਹਾ ਆਪਣੇ ਲੁਧਿਆਣੇ ਚੱਲ ਕੇ ਪ੍ਰਭੂ ਆਪ ਆਇਆ ਔਰ ਬਖਸ਼ ਦਿੱਤੀ ਆ। ਕਲਯੁਗ ਹੈ, ਉਹਦਾ ਪ੍ਰਭਾਵ ਪੈਣਾ ਹੀ ਪੈਣਾ, ਪੈ ਹੀ ਰਿਹਾ। ਤੇ ਕਿਉਂਕਿ ਪਰਮਾਤਮਾ ਨੇ ਵੀ ਕਿਹਾ ਕਿ ਇੱਕ ਵਾਰੀ ਪ੍ਰਕਿਰਤੀ ਨੇ ਵੀ ਕਿਹਾ ਪ੍ਰਭੂ ਤੁਸੀਂ ਵਿੱਚ ਨਹੀਂ ਆਉਣਾ, ਤੁਸੀਂ ਵਿੱਚ ਨਹੀਂ ਆਉਣਾ। ਕਹਿਣ ਦਾ ਮਤਲਬ ਜੋ ਕਹਿੰਦਾ ਇਸ ਇਨਸਾਨਾਂ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ। ਇੱਥੇ ਜੈ ਸ਼੍ਰੀ ਰਾਮ ਬੋਲੋ, ਹਰ ਹਰ ਮਹਾਦੇਵ ਬੋਲੋ, ਚਲੋ ਆਪਣੇ ਘਰ ਨੂੰ ਜਾਓ, ਸਭ ਠੀਕ ਹੋ ਜਾਣਾ। ਲੋਕ ਪੈਸੇ ਲੈ ਕੇ ਠੀਕ ਨਹੀਂ ਹੁੰਦੇ, ਆਓ ਜੀ ਇੱਕ ਇੱਕ ਸੋਮਵਾਰ ਆਓ ਜਾਂ ਵੀਰਵਾਰ ਆਓ, ਮੰਗਲਵਾਰ ਆਓ ਜੀ, ਇਹ ਕਰੋ, ਝਾੜਾ ਕਰੋ, ਇੱਥੇ ਕੁਛ ਸਿਸਟਮ ਨਹੀਂ ਹੈ, ਕੋਈ ਚੜਾਵਾ ਨਹੀਂ, ਕੋਈ ਕੁਛ ਨਹੀਂ। ਨੰਦੀ ਜੀ, ਤੁਸੀਂ ਕਿਹੜੇ ਕਿਹੜੇ ਰੋਗ 'ਤੇ ਜਿਹੜਾ ਸਮਾਧਾਨ ਕਰਦੇ ਹੋ ਅਤੇ ਕਿਸ ਤਰੀਕੇ ਨਾਲ ਕਰਦੇ ਹੋ? ਅਸੀਂ ਵੀਡੀਓ ਦੇ ਵਿੱਚ ਦੇਖ ਤਾਂ ਲਿਆ, ਪਰ ਤੁਸੀਂ ਕਹਿ ਰਹੇ ਹੋ ਕਿ ਭਭੂਤੀ ਦੇ ਚੱਟਣ ਨਾਲ ਜਿਹੜੇ ਪੁਰਾਣੇ ਤੋਂ ਪੁਰਾਣੇ ਰੋਗ ਦਰਦ ਜਾਂ ਉਹਨਾਂ ਦੇ ਰੋਜ਼ਾਨਾ ਦੇ ਜ਼ਿੰਦਗੀ ਦੇ ਵਿੱਚ ਜੋ ਵੀ ਕਲੇਸ਼ ਚੱਲ ਰਹੇ ਨੇ ਉਹ ਸਾਰੇ ਕੁਝ ਦੂਰ ਹੋ ਜਾਂਦੇ ਨੇ? ਦੇਖੋ, ਕਰਨਾ ਬਾਬੇ ਨੇ, ਕਰਾਉਣਾ ਬਾਬੇ ਨੇ, ਜੋ ਬਖਸ਼ ਦੇ ਹਿਸਾਬ ਨਾਲ ਜੋ ਬਾਬੇ ਨੇ ਇੱਕ ਚੁਟਕੀ ਦੀ ਕਿਹਾ। ਇੱਕ ਚੁਟਕੀ ਦਾ ਮਤਲਬ ਕਿ ਕੋਈ ਵੀ ਕਿਸੇ ਤਰ੍ਹਾਂ ਵੀ ਰੋਗ ਹੋਵੇ, ਕੁਛ ਵੀ ਹੋਵੇ, ਹਰ ਤਰ੍ਹਾਂ ਰੋਗ ਬਾਬੇ ਦੀ ਇੱਕ ਚੁਟਕੀ ਭਭੂਤੀ ਦੇ ਨਾਲ ਹੀ ਸਭ ਠੀਕ ਹੋਣਾ ਸ਼ੁਰੂ ਹੋ ਜਾਂਦਾ। ਕਿਉਂਕਿ ਕਰਨਾ ਤਾਂ ਮਹਾਂਕਾਲ ਨੇ ਸਭ ਕੁਛ, ਕਰਾਉਣਾ ਮਹਾਂਕਾਲ ਨੇ ਜੋ ਸੇਵਾ ਬਖਸ਼ੀ ਹੈ ਦਾਸ ਨੂੰ, ਅਤੇ ਦਾਸ ਆਪਣੀ ਸੇਵਾ ਆਪਣੀ ਨਿਭਾ ਰਿਹਾ, ਠੀਕ ਹੈ। ਜਿਹੜਾ ਵੀ ਆਊਗਾ ਰਾਜੀ ਜਾਊਗਾ, ਕਿਉਂਕਿ ਧਰਤੀ ਇੱਦਾਂ ਦੀ ਹੈ, ਜਿਹੜਾ ਇੱਥੇ ਆਵੇ ਅਤੇ ਆਟੋਮੈਟਿਕ ਹੀ ਠੀਕ ਹੋਣਾ ਸ਼ੁਰੂ ਹੋ ਜਾਂਦਾ। ਇੱਕ ਹੋਰ ਚੀਜ਼ ਦੱਸਣਾ ਚਾਹੁੰਦਾ, ਇੱਥੇ ਆਉਣ ਦਾ ਸਿਸਟਮ ਕੀ ਹੈ? ਤੁਸੀਂ ਕੋਈ ਆਉਂਦਾ ਹੈ ਅਤੇ ਆਪਣਾ ਭਭੂਤੀ ਦੇ ਨਾਲ ਨਾਲ ਪਰਿਕਰਮਾ ਵੀ ਕਰਨੀ ਪੈਂਦੀ ਹੈ, ਧੂਣੇ ਦੀ ਪਰਿਕਰਮਾ, ਪਿੱਪਲ ਦੇ ਪੇੜ ਦੀ, ਉਸ ਤੋਂ ਬਾਅਦ ਮੰਦਰ ਦੀ ਕਰਕੇ, ਉਸ ਤੋਂ ਬਾਅਦ ਆਪਣਾ ਭਭੂਤੀ ਲੈ ਕੇ ਘਰ ਜਾਵੇ, ਆਪਣਾ ਸਭ ਠੀਕ ਹੋਣਾ ਸ਼ੁਰੂ ਹੋ ਜਾਂਦਾ। ਤੁਸੀਂ ਭਭੂਤੀ ਦੀ ਗੱਲ ਕਰ ਰਹੇ ਹਾਂ ਅਤੇ ਕਿਤੇ ਨਾ ਕਿਤੇ ਐਂ ਨਹੀਂ ਲੱਗਦਾ ਇਹ ਅੰਧ ਵਿਸ਼ਵਾਸ ਵੱਲ ਜਿਹੜਾ ਹੈ ਜਾ ਰਿਹਾ? ਇੱਕ ਚੀਜ਼ ਦੱਸੋ ਮੈਨੂੰ, ਪੁਰਾਣੇ ਜ਼ਮਾਨੇ ਦੇ ਵਿੱਚ ਸਾਧੂ ਸੰਤਾਂ ਦੇ ਇੱਧਰ ਸਾਧੂ ਸੰਤ ਕਿੰਨੇ ਹੁੰਦੇ ਸੀ, ਠੀਕ ਹੈ, ਹੁਣ ਵੀ ਹੈਗੇ ਆ, ਜੇ ਅੰਧ ਵਿਸ਼ਵਾਸ ਦਾ ਸਿਸਟਮ, ਲੋਕਾਂ ਨੇ ਅੰਧ ਵਿਸ਼ਵਾਸ ਲਾਇਆ ਜੀ, ਆ ਜਾਓ ਜੀ ਕਰ ਜਾਓ ਜੀ, ਇੱਥੇ ਟੋਟਕਾ ਚਲਾਓ ਜੀ, ਕਿਸੇ ਟਾਂ ਜਾਦੂ ਟੂਣਾ ਜੀ, ਆ ਜਾਓ ਜੀ ਝਾੜਾ ਕਰਤਾ ਜੀ, 500 ਦੇ ਜੋ, 1000 ਦੇ ਜੋ, ਇੱਥੇ ਕੋਈ ਚੱਕਰ ਨਹੀਂ, ਇੱਥੇ ਦੇ ਇੱਕ ਜੈ ਸ਼ੰਕਰ, ਇੱਥੇ ਜੈ ਸ਼੍ਰੀ ਰਾਮ ਬੋਲੋ, ਹਰ ਹਰ ਮਹਾਦੇਵ ਬੋਲੋ, ਚਲੋ ਆਪਣੇ ਘਰ ਨੂੰ ਜਾਓ, ਸਭ ਠੀਕ ਹੋ ਜਾਣਾ। ਲੋਕ ਪੈਸੇ ਲੈ ਕੇ ਠੀਕ ਨਹੀਂ ਹੁੰਦੇ, ਆਓ ਜੀ ਇੱਕ ਇੱਕ ਸੋਮਵਾਰ ਆਓ ਜਾਂ ਵੀਰਵਾਰ ਆਓ, ਮੰਗਲਵਾਰ ਆਓ ਜੀ, ਇਹ ਕਰੋ, ਝਾੜਾ ਕਰੋ, ਇੱਥੇ ਕੁਛ ਸਿਸਟਮ ਨਹੀਂ, ਕੋਈ ਚੜਾਵਾ ਨਹੀਂ, ਕੋਈ ਕੁਛ ਨਹੀਂ। ਤੁਹਾਡੇ ਵੱਲੋਂ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਬਿਲਕੁਲ ਫ੍ਰੀ ਦੇ ਵਿੱਚ? ਬਿਲਕੁਲ ਫ੍ਰੀ ਹੈ ਜੀ, ਹਰ ਹਰ ਮਾਦੇ, ਕੁਛ ਨਹੀਂ, ਜੈ ਸ਼੍ਰੀ ਰਾਮ। ਇਹ ਬਾਬਾ ਜੀ ਦਾ ਹੁਕਮ ਹੈ, ਕਿਉਂਕਿ ਇਹ ਜਿਹੜੀ ਸੇਵਾ ਹੈਗੀ ਹੈ ਇਹ ਪਹਿਲੇ ਲੁਧਿਆਣਾ ਨਹੀਂ ਆਉਣੀ ਸੀ, ਇਹ ਆਉਣੀ ਸੀ ਅੰਮ੍ਰਿਤਸਰ, ਕਿਉਂਕਿ ਜੋ ਮਹਾਂਕਾਲ ਬਾਬਾ ਜੀ ਆਏ ਸੀ ਅਪ੍ਰੈਲ ਦੇ ਵਿੱਚ, ਉਹ ਅੰਮ੍ਰਿਤਸਰ ਦੀ ਧਰਤੀ 'ਤੇ ਪ੍ਰੋਗਰਾਮ ਸੀ ਉਹਨਾਂ ਦਾ, ਅਤੇ ਉੱਥੇ ਸ਼ਮਸ਼ਾਨ ਮੰਦਰ 'ਚ, ਸ਼ਮਸ਼ਾਨ ਜਗ੍ਹਾ 'ਤੇ ਜਾਣਾ ਸੀ ਉਹਨਾਂ ਨੇ, ਅਤੇ ਉਹ ਵੀ ਬਹੁਤ ਪਾਵਰਫੁੱਲ ਹੈ, ਮਗਰ ਉੱਥੇ ਕੁਛ ਐਸਾ ਹੋਇਆ ਕਿ ਜਿਹੜੇ ਉੱਥੇ ਦਾ ਜਿਹੜਾ ਸਟਾਫ ਹੈ ਜਾਂ ਕੁਛ ਵੀ ਹੈ ਜਿਹੜਾ ਉੱਥੇ ਕਹਿੰਦਾ, ਕੋਈ ਆਪਣਾ ਪੰਡਿਤ ਜੀ ਜਾਂ ਕਿਸੇ ਨੂੰ ਜਿਹਨੂੰ ਬਖਸ਼ ਮਿਲੀ, ਉਹਨਾਂ 'ਚ ਕਹਿਣਾ ਮਤਲਬ ਨਹੀਂ, ਉਹਨਾਂ ਨੂੰ ਸਿਸਟਮ ਸਮਝ ਆਇਆ, ਉਹਨਾਂ ਐਟੀਟਿਊਡ ਜਾਂ ਇਹ ਲੋਕ ਨਹੀਂ, ਉਹਨਾਂ ਨੂੰ ਕਹਿਣਾ ਮਤਲਬ ਆਪਣੇ ਨੂੰ ਥੋੜ੍ਹਾ ਨਿਰਾਦਰ ਕੀਤਾ ਉਹਨਾਂ ਗੁਰੂ ਦੇਵ ਦਾ, ਠੀਕ ਆ। ਅਤੇ ਪ੍ਰਭੂ ਦੇਖੋ, ਜਿੱਥੇ ਪ੍ਰਭੂ ਦੀ ਕਹਿੰਦਾ ਇੱਛਾ ਹੋਊਗੀ ਉੱਥੇ ਹੀ ਜਾਊਗੀ। ਦੇਖੋ ਉੱਥੇ ਨਹੀਂ ਦਿੱਤੀ ਗਈ, ਉਹ ਜਿਸ ਜਗ੍ਹਾ ਜਾਣੀ ਸੀ ਉਹ ਜਗ੍ਹਾ ਜਾਗ੍ਰਿਤ ਹੋਏਗੀ। ਹੁਣ ਇਹ ਜਗ੍ਹਾ ਆਪਣੇ ਲੁਧਿਆਣੇ ਚੱਲ ਕੇ ਪ੍ਰਭੂ ਆਪ ਆਇਆ ਔਰ ਬਖਸ਼ ਦਿੱਤੀ ਆ, ਔਰ ਇਹ ਪੂਰੇ ਵਿਸ਼ਵ 'ਚ ਪਹਿਲਾ ਧੂਣਾ, ਔਰ ਜਿੱਥੇ ਕਹਿੰਦਾ ਮਤਲਬ ਇੱਦਾਂ ਦੀ ਸ਼ਕਤੀ ਪ੍ਰਧਾਨ ਹੈਗੀ। ਉਹ ਸਭ ਤੋਂ ਵੱਡੀ ਗੱਲ 'ਚ ਦੱਸਣਾ ਚਾਹੁੰਦਾ, ਇੱਥੇ ਕਈ ਸਾਧੂ ਸੰਤਾਂ ਨੇ ਤਪ ਕੀਤਾ, ਔਰ ਤੁਸੀਂ ਇਹ ਦੇਖ ਸਕਦੇ ਹੋ ਤਸ਼ੂਲ ਪਏ ਹੈ, ਅਤੇ ਅੱਜ ਦੇ ਨਹੀਂ ਹੈ, ਘੱਟੋ ਘੱਟ ਕਿੰਨੇ 100 ਸਾਲ ਪੁਰਾਣੇ ਹੋ ਗਏ, ਠੀਕ ਹੈ। ਦੂਜੀ ਗੱਲ, ਇੰਨੀ ਕੁ ਪਾਵਰਫੁੱਲ ਹੈ, ਇੱਥੇ ਅੰਦਰ ਐਂਟਰੀ ਕਰਦੇ ਸਾਰ ਹੀ ਵਾਈਬ੍ਰੇਸ਼ਨ ਹੁੰਦੀ ਹੈ।
ਤੁਸੀਂ ਕਹਿ ਰਹੇ ਹੋ ਕਿ ਸਾਰੇ ਭਗਵਾਨ ਜਿਹੜੇ ਇੱਥੇ ਹਾਜ਼ਰ ਨੇ, ਇੱਥੇ ਬੈਠੇ ਹੋਏ ਆ, ਪਰ ਲੋਕਾਂ ਨੂੰ ਦਿਖਦੇ ਨਹੀਂ, ਪਰ ਤੁਹਾਨੂੰ ਕਿੱਦਾਂ, ਤੁਹਾਨੂੰ ਦਿਖ ਜਾਂਦੇ ਆ, ਤੁਹਾਨੂੰ ਕਿੱਦਾਂ ਪਤਾ ਲੱਗਦਾ ਕਿ ਇਸ ਚੀਜ਼ ਦਾ ਸਾਕਸ਼ਾਤ ਬਿਠਾਇਆ ਜੋ ਨੰਦੀ ਹੈ, ਨੰਦੀ ਦਾ ਕੰਮ ਕੀ ਹੁੰਦਾ? ਨੰਦੀ ਦਾ ਕੰਮ ਕੀ ਹੁੰਦਾ ਪਹਿਲਾਂ ਦੱਸੋ, ਸ਼ਿਵ ਦਾ ਨੰਦੀ ਦਾ ਕੰਮ ਕੀ ਹੁੰਦਾ? ਜੋ ਵੀ ਕੋਈ ਆਉਂਦਾ ਮੰਦਰ ਜਾਂਦਾ ਨੰਦੀ ਦੇ ਕੰਨ 'ਚ ਕਹਿੰਦਾ ਕਿ ਨੰਦੀ ਮਹਾਰਾਜ ਮੇਰੀ ਪੁਕਾਰ ਪਹੁੰਚਾਓ, ਮੇਰੇ ਪ੍ਰਭੂ ਨੂੰ ਇੱਧਰ ਪੁਕਾਰ ਪਹੁੰਚਾਓ, ਤੁਹਾਡੇ ਕੰਨ 'ਚ ਪਾਈ ਹੈ ਅਤੇ ਤਦੀ ਪ੍ਰਭੂ ਸੁਣੂਗਾ। ਜੋ ਤੁਸੀਂ ਕੋਈ ਕੋਈ ਮੇਰੇ ਕੋਲ ਆ ਰਿਹਾ, ਕੋਈ ਆਪਣਾ ਭਗਤ ਆ ਰਿਹਾ, ਕਿਸੇ ਦੀ ਪਰੇਸ਼ਾਨੀ ਹੈ, ਮੈਂ ਕੋਈ ਦੂਰ ਨਹੀਂ, ਪ੍ਰਭੂ ਨੇ ਹੀ ਕਰਨੀ ਹੈ, ਉਹ ਪਾਈ ਹੈ ਐਟੋਮੈਟਿਕ, ਪ੍ਰਭੂ ਨੇ ਉਹਦੀ ਅਰਦਾਸ ਸੁਣ ਲੈਣੀ ਹੈ ਅਤੇ ਪ੍ਰਭੂ ਨੇ ਐਤਕੇ ਉਹਦਾ ਕਹਿੰਦਾ ਜਿੱਥੋਂ ਮਰਜ਼ੀ ਹੱਲ ਨਹੀਂ ਹੋਇਆ ਇੱਥੋਂ ਬਾਬੇ ਨੇ ਆਪੇ ਹੱਲ ਕਰ ਦੇਣਾ। ਕਰਨਾ ਤਾਂ ਪ੍ਰਭੂ ਨੇ, ਕਰਾਉਣਾ ਪ੍ਰਭੂ ਨੇ, ਵਿਸ਼ਵਾਸ 'ਤੇ ਹੀ ਸਾਰਾ ਕੁਛ ਹੈ। ਕਿਉਂਕਿ ਇਹ ਦੇਖੋ ਪ੍ਰਭੂ ਆਪ ਵਿਰਾਜਮਾਨ ਬੈਠੇ ਹੈ, ਸਾਕਸ਼ਾਤ ਪ੍ਰਭੂ ਇੱਥੇ ਲੁਧਿਆਣਾ ਧਰਤੀ 'ਤੇ ਆਪ ਆ ਕੇ ਇਹ ਕਿਰਪਾ ਕਰਕੇ ਗਏ ਹੈ। ਉਹ ਕਿਉਂ ਕੀਤੀ ਹੈ? ਇਹ ਦੁਨੀਆ ਦਾ ਕਲਿਆਣ ਲਈ। ਤੁਸੀਂ ਕਹਿ ਰਹੇ ਹੋ ਕਿ ਇੱਥੇ ਇੰਨੀ ਦੇਵੀ ਦੇਵਤਾਵਾਂ ਦਾ ਜਿਹੜਾ ਨਿਵਾਸ ਨੇ, ਇਹ ਹਮੇਸ਼ਾ ਇੱਥੇ ਰਹਿੰਦੇ ਨੇ, ਪਰ ਜੇਕਰ ਗੱਲ ਕੀਤੀ ਜਾਵੇ ਬਾਕੀ ਮੰਦਰਾਂ ਦੀ ਜਾਂ ਫਿਰ ਸ਼ਮਸ਼ਾਨ ਘਾਟ ਦੀ, ਉੱਥੇ ਵੀ ਤਾਂ ਸਾਰੇ ਜਿਹੜੇ ਦੇਵੀ ਦੇਵਤਾਵਾਂ ਦੇ ਨਿਵਾਸ ਹੁੰਦਾ, ਪਰ ਤੁਹਾਨੂੰ ਇੱਥੇ ਕਿਤੋਂ ਪਤਾ ਲੱਗਿਆ ਕਿ ਇਹੀ ਚੀਜ਼ ਇੱਥੇ ਆ? ਦੇਖੋ ਪ੍ਰਭੂ ਤੇ ਕੰਨ ਕੰਨ ਦੇ ਵਿੱਚ ਵਾਸ ਹੈ, ਪ੍ਰਭੂ ਤੇ ਤੁਹਾਡੀ ਹਰ ਕਹਿੰਦਾ ਵਾ, ਹੁਣ ਬੋਲ ਰਹੇ ਹਾਂ, ਪ੍ਰਭੂ ਬੁਲਵਾ ਰਿਹਾ, ਤੁਹਾਡੇ ਅੰਦਰ ਸਰੀਰ 'ਚ ਜਿਹੜਾ ਵਾਸ ਹੋ ਰਿਹਾ ਪ੍ਰਭੂ ਦਾ ਹੀ ਵਾਸ ਹੈ, ਪ੍ਰਭੂ ਹੀ ਕਰਾ ਰਿਹਾ, ਪ੍ਰਭੂ ਤੁਹਾਡੀ ਹਿਰਦੇ ਵਿੱਚ ਹਰ ਸਮੇਂ ਵਾਸ ਕਰਦਾ, ਹਰ ਮੰਦਰ ਹਰ ਗਲੀ ਨੁੱਕਰ 'ਤੇ ਤੁਹਾਡੇ ਘਰ ਦੇ ਅੰਦਰ ਵੀ ਪ੍ਰਭੂ ਵਾਸ ਕਰਦਾ। ਮਗਰ ਕੁਛ ਕਹਿਣਾ, ਸ਼ੰਕਰ ਜੀ ਕਹਿੰਦੇ ਕਿੱਥੇ ਮਿਲੋਗੇ? ਜਾਂ ਤਾਂ ਕੈਲਾਸ਼ ਜਾਂ ਨਿਲਾਸ਼ ਜਾਂ ਸ਼ਮਸ਼ਾਨ ਦੀ ਤਲਾਸ਼, ਸਮਝੇ? ਸ਼ਮਸ਼ਾਨ ਲਾਸਟ ਹੈ, ਆਪਾਂ ਆਉਣਾ ਇੱਥੇ ਹੀ ਹੈ। ਮੁੜ ਕੇ ਤੁਸੀਂ ਘਰ 'ਚ ਕਹਿੰਦੇ ਜਿੰਨੇ ਮਰਜ਼ੀ ਕਹਿੰਦਾ ਵਧੀਆ ਵਧੀਆ ਕੋਠੀ ਬਣਾ ਲਓ, ਆਖਿਰ ਕਹਿੰਦਾ ਮਤਲਬ ਵਿਨਾਸ਼ ਹੋਣਾ, ਅਤੇ ਉਹ ਕਹਿੰਦਾ ਮਤਲਬ ਬਿਲਕੁਲ ਮਿੱਟੀ ਹੋ ਜਾਣੀ ਹੈ। ਹੁਣ ਦੇਖੋ ਹਿਮਾਚਲ 'ਚ ਕੀ ਹੋਇਆ, ਕੀ ਹੋਇਆ ਹਿਮਾਚਲ 'ਚ? ਦੇਖੋ ਲੋਕਾਂ ਨੇ ਆਪਣੀ ਮਨ ਮਰਜ਼ੀ ਕੀਤੀ, ਜਾਂਦੇ ਕੀ ਹੈ, ਮੌਜ ਮਸਤੀਆਂ ਕਰਨ ਜਾਂਦੇ ਸੀ, ਥਵੇਂ ਆਲੀਸ਼ਾਨ ਬਣਾਏ ਉਹਨਾਂ ਨੇ, ਕਹਿੰਦਾ ਹੋਟਲ ਬਣਾਏ, ਕਹਿੰਦਾ ਮਤਲਬ ਕਾਰੋਬਾਰ ਉੱਥੇ ਕਰਨਾ ਸ਼ੁਰੂ ਕਰਤਾ, ਮੌਜ ਮਸਤੀ ਸ਼ੁਰੂ ਹੋ ਗਈ, ਪਿਕਨਿਕ ਸਪੋਟ ਬਣਾਤਾ, ਹੈ ਤਾਂ ਦੇਹ ਭੂਮੀ ਹੈ, ਅਤੇ ਪ੍ਰਮੁੱਖ ਕਹਿੰਦੇ ਉੱਥੇ ਰਹਿਣ ਦੀ 10 ਬੰਦੇ ਦੇ ਸਥਾਨ, ਤੁਸੀਂ 10,000 ਬੰਦੇ ਆ ਗਏ, ਤਾਂ ਵਜਨ ਪਊਗਾ ਜੋ ਪ੍ਰਕਿਰਤੀ ਉੱਤੇ, ਅਤੇ ਪ੍ਰਕਿਰਤੀ ਨੇ ਕੀ ਕੀਤਾ, ਜਿਵੇਂ ਕਹਿੰਦੇ ਆ ਮਤਲਬ ਨੀਚੋਂ ਕੱਪੜਾ ਖਿੱਚਿਆ ਚੱਲ ਠਾ, ਤਾਂ ਛੇ ਪੱਤੇ ਤੋਂ ਹੋਏ, ਅਤੇ ਇੱਦਾਂ ਹੀ ਆਉਣ ਵਾਲੇ ਟਾਈਮ 'ਚ ਇੱਦਾਂ ਹੀ ਅੰਤ ਹੋਣਾ, ਕਲਯੁੱਗ ਹੈ, ਉਹਦਾ ਪ੍ਰਭਾਵ ਪੈਣਾ ਹੀ ਪੈਣਾ, ਪੈ ਹੀ ਰਿਹਾ। ਅਤੇ ਕਿਉਂਕਿ ਪਰਮਾਤਮਾ ਨੇ ਵੀ ਕਿਹਾ ਕਿ ਇੱਕ ਵਾਰੀ ਪ੍ਰਕਿਰਤੀ ਨੇ ਵੀ ਕਿਹਾ, ਪ੍ਰਭੂ ਤੁਸੀਂ ਵਿੱਚ ਨਹੀਂ ਆਉਣਾ, ਤੁਸੀਂ ਵਿੱਚ ਨਹੀਂ ਆਉਣਾ, ਕਹਿੰਦਾ ਮਤਲਬ ਜੋ ਕਹਿੰਦਾ ਇਸ ਇਨਸਾਨਾਂ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ, ਅਤੇ ਉਹਨਾਂ ਦੀ ਕੀਤੀ ਜੋ ਕਰਮ ਕੀਤੀ ਹੈ ਤਾਂ ਫਲ ਮਿਲਣਾ ਹੀ ਮਿਲਣਾ। ਹੁਣ ਤੁਸੀਂ ਇੱਕ ਹੋਰ ਚੀਜ਼ ਤੁਹਾਨੂੰ ਦੱਸਦਾ, ਸ਼ਮਸ਼ਾਨ ਦੇਖੋ, ਸ਼ਮਸ਼ਾਨ ਦੇ ਵਿੱਚ ਪ੍ਰਭੂ ਮਹਾਕਾਲ ਜੀ ਦਾ ਵਾਸ ਹੀ ਹੁੰਦਾ, ਅਤੇ ਦੂਜੀ ਗੱਲ ਇਹ ਸ਼ਮਸ਼ਾਨ ਦੇ ਵਿੱਚ, ਇਹ ਇਕਲੌਤਾ ਸ਼ਮਸ਼ਾਨ ਦੇ ਵਿੱਚ, ਇਹ ਅੱਜ ਦਾ ਨਹੀਂ ਹੈ, ਕਾਫੀ ਸਾਲਾਂ ਤੋਂ ਮੇਰੀ ਡਿਊਟੀ ਬਾਬੇ ਨੇ 2 ਮਹੀਨੇ ਤੋਂ ਲਾਈ ਹੈ। ਇਹ ਬਾਬੇ ਨੇ ਕਿਉਂ ਲਾਈ ਹੈ ਮੈਨੂੰ ਨਹੀਂ ਪਤਾ, ਕਿਉਂ ਮੈਨੂੰ ਬਾਬੇ ਨੇ ਚੁਣ ਕੇ ਲਿਆ, ਮੈਂ ਕੋਈ ਮੇਰਾ ਲੈਣਾ ਨਹੀਂ, ਕੋਈ ਦੇਣਾ ਨਹੀਂ ਇਸ ਮੰਦਰ। ਮੈਂ ਇੱਕ ਰਾਧਾ ਸੋਮੀ ਫੈਮਿਲੀ 'ਚੋਂ ਸੀ, ਠੀਕ ਹੈ, ਹੁਣ ਵੀ ਰਾਧਾ ਸੋਮੀ ਫੈਮਿਲੀ ਹੈ। 2013 'ਚ ਬਾਬੇ ਨੇ ਕੋਈ ਸਿਸਟਮ ਇੱਦਾਂ ਦਾ ਬਣਾਇਆ ਕਿ ਮੈਨੂੰ ਸ਼ਿੰਗਾਰ ਦੀ ਸੇਵਾ 'ਤੇ ਬਿਠਾਇਆ, ਕਰਦੇ 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 ਅੱਜ ਸ਼ਿੰਗਾਰ ਦੇ ਨਾਮ ਤੋਂ ਮੈਨੂੰ, ਮੇਰਾ ਨਾਮ ਸੀ ਮਨੂ ਚਾਵਲਾ, ਮਨੂ ਚਾਵਲਾ ਤੋਂ ਮਹਾਕਾਲ ਸੇਵਕ, ਮਹਾਕਾਲ ਸੇਵਕ ਨਾਮ ਤੋਂ ਬਣਿਆ ਮਨੂ ਚਾਵਲਾ ਸ਼ਿਵਕਾ ਨੰਦੀ, ਫਿਰ ਹੁਣ ਮਹਾਕਾਲ ਕਾ ਨੰਦੀ ਬਣਾਤਾ ਬਾਬੇ ਨੇ, ਨਾਮ ਤੋਂ ਨਾਮ। ਇਹ ਬਾਬੇ ਨੇ ਅੱਗੇ ਕਹਿੰਦੇ ਚੇਂਜ, ਕਹਿੰਦੇ ਕਦਾਰ ਚੇਂਜ ਹੁੰਦੇ ਗਏ, ਨਾਮ ਚੇਂਜ ਹੁੰਦੇ ਗਏ, ਉਸ ਹਿਸਾਬ ਨਾਲ ਬਾਬੇ ਨੇ ਅੱਜ ਦੇਖੋ ਸ਼ਿੰਗਾਰ ਦੀ ਡਿਊਟੀ ਵੀ ਚੱਲ ਰਹੀ ਹੈ, ਔਰ ਧੂਣੇ 'ਤੇ ਵੀ, ਧੂਣੇ 'ਤੇ ਬਾਬੇ ਦਾ ਕਹਿੰਦਾ ਸ਼ਿੰਗਾਰ ਦੇ ਨਾਲ, ਅਤੇ ਬਾਬਾ ਕਹਿੰਦਾ ਮੈਂ ਬਾਬੇ ਦਾ ਸ਼ਿੰਗਾਰ ਹੋ ਰਿਹਾ, ਅਤੇ ਉਹ ਦੁਨੀਆ ਵਿਰਾਜ, ਬਾਬੇ ਸਿਰਫ ਦੁਨੀਆ ਨੂੰ ਦਰਸ਼ਨ ਕਰਨ ਲਈ, ਬਾਬਾ ਕਹਿੰਦੇ ਮੈਂ ਤਾਂ ਵਿਰਾਜਮਾਨ ਹੋ ਗਿਆ, ਹੁਣ ਦੁਨੀਆ ਦੇ ਭੱਲੇ ਲਈ ਤੈਨੂੰ ਭੇਜਿਆ ਗਿਆ, ਸਮਝੇ? ਮੈਨੂੰ ਤਾਂ ਪਤਾ ਹੀ ਨਹੀਂ ਸੀ ਬਾਬੇ ਨੇ ਮੇਰੀ ਡਿਊਟੀ ਲਾਈ ਹੈ। ਸਭ ਤੋਂ ਵੱਡੀ ਮੈਨੂੰ ਨਾ ਮੋਹ ਚਾਹੀਦਾ, ਨਾ ਮਾਇਆ ਚਾਹੀਦੀ, ਮੈਨੂੰ ਇੱਕ ਜਵਾਨੀ ਨਹੀਂ ਚਾਹੀਦੀ, ਕਿਉਂ ਮੈਂ ਕਿਸੇ ਪੈਸੇ ਮਗਰ ਨਹੀਂ ਭੱਜਦਾ, ਕਿਉਂ ਕਿਸੇ ਦਾ ਭਲਾ ਹੁੰਦਾ ਤਾਂ ਮੈਨੂੰ ਖੁਸ਼ੀ ਹੁੰਦੀ ਹੈ। ਕਹਿੰਦੇ ਆਪਾਂ ਕਿਸੇ ਦਾ ਭਲਾ ਕਰਾਂਗੇ, ਤੁਹਾਡਾ ਭਲਾ ਆਪਣੇ ਆਪ ਹੋਊਗਾ, ਆਪਾਂ ਕਿਸੇ ਦਾ ਬੁਰਾ ਸੋਚਾਂਗੇ ਤਾਂ ਤੁਹਾਡਾ ਬੁਰਾ ਹੋਣਾ ਹੀ ਹੋਣਾ। ਅਤੇ ਨੰਦੀ ਜੀ, ਕਿਹੜੇ ਹਫ਼ਤੇ ਦੇ ਵਿੱਚ ਕਿਹੜੇ ਦਿਨ ਤੁਸੀਂ ਬਹਿੰਦੇ ਹੋ, ਅਤੇ ਟਾਈਮਿੰਗ ਕੀ ਹੁੰਦੀ ਹੈ? ਸਿਰਫ ਸੋਮਵਾਰ ਨੂੰ ਟਾਈਮਿੰਗ ਹੈਗੀ ਹੈ, ਕਿਸੇ ਨੇ ਬਾਹਰੋਂ ਆਉਣਾ ਚਾਹੁੰਦੇ ਆ ਅਤੇ 11 ਵਜੇ ਤੋਂ ਲੈ ਕੇ 1 ਵਜੇ ਤੱਕ, ਠੀਕ ਹੈ। ਉਸ ਤੋਂ ਬਾਅਦ ਸ਼ਿੰਗਾਰ ਦੀ ਡਿਊਟੀ ਹੈਗੀ 1 ਤੋਂ ਲੈ ਕੇ 5 ਵਜੇ ਤੱਕ, ਉਸ ਤੋਂ ਬਾਅਦ 5:30 ਤੋਂ ਲੈ ਕੇ 6:30-7 ਵਜੇ ਦੇ ਵਿੱਚ ਵਿੱਚ,
ਆ ਸਕਦੇ ਸੋਮਵਾਰ ਨੂੰ ਸ਼ਾਮ ਨੂੰ ਸਾਢੇ ਪੰਜ ਤੋਂ ਲੈ ਕੇ ਸਾਢੇ ਸ਼ਾਮ ਨੂੰ ਜਿਹੜੀ ਹੈਗੀ ਆ ਆਪਣਾ ਦੁਪਹਿਰ ਦਾ ਟਾਈਮ ਹੈਗਾ 11 ਵਜੇ ਤੋਂ ਲੈ ਕੇ 1 ਵਜੇ ਤੱਕ। ਅਤੇ ਮੇਰਾ ਮੋਬਾਈਲ ਨੰਬਰ ਨੋਟ ਕਰ ਲਓ ਜੋ ਕਿਸੇ ਨੇ ਆਉਣਾ ਚਾਹੁੰਦੇ ਹੈਗੇ ਆ, ਪਹਿਲੇ ਦੇ ਤੁਹਾਨੂੰ ਐਡਰੈਸ ਦੱਸ ਦੇਣਾ ਤੁਸੀਂ। ਕਈ ਵਾਰ ਮੈਂ ਫੋਨ ਨਹੀਂ ਚੱਕ ਸਕਦਾ, ਕਈ ਵਾਰ ਫੋਨ ਮੈਂ ਬਿਜ਼ੀ ਹੁੰਦਾ ਜਾਂ ਕਿੱਥੇ ਹੁੰਦਾ, ਪਹਿਲੇ ਹੱਥ ਜੋੜ ਕੇ ਬੇਨਤੀ ਹੈਗੀ ਹੈ। ਪਹਿਲੇ ਤੁਹਾਨੂੰ ਐਡਰੈਸ ਦੱਸ ਦਿੰਦਾ, ਲੁਧਿਆਣੇ ਵਿੱਚ 3 ਨੰਬਰ ਡਿਵੀਜ਼ਨ ਬਹੁਤ ਮਸ਼ਹੂਰ ਹੈ, ਠੀਕ ਆ। ਉਸ ਤੋਂ ਬਾਅਦ ਗਊਸ਼ਾਲਾ ਰੋਡ 'ਤੇ ਪ੍ਰਾਚੀਨ ਸ਼ਿਵ ਮੰਦਿਰ ਹੈਗਾ ਸ਼ਮਸ਼ਾਨ ਘਾਟ ਦੇ ਅੰਦਰ, ਅਤੇ ਉਸ ਜਗ੍ਹਾ 'ਤੇ ਇਹ ਧੂਣਾ ਹੈ ਬਾਬਾ ਜੀ ਦਾ, ਮਹਾਕਾਲ ਜੀ ਦਾ ਸਾਕਸ਼ਾਤ ਵਿਰਾਜਮਾਨ ਹੈਗੇ ਆ। ਅਤੇ ਤੁਸੀਂ ਨੰਬਰ ਫਿਰ ਵੀ ਨੋਟ ਕਰ ਲਓ, 70 35 9 ਲੱਖ। ਕਿਸੇ ਨੇ ਆਉਣਾ ਸੋਮਵਾਰ ਦੇ ਦਿਨ ਹੀ ਆਓ, ਅਤੇ ਅੱਗੇ ਪਿੱਛੇ ਮੈਂ ਬਿਜ਼ੀ ਹੁੰਦਾ, ਆਪਣੀ ਪਰਸਨਲ ਲਾਈਫ ਵੀ ਹੈਗੀ ਹੈ, ਅਤੇ ਬਾਬੇ ਨੇ ਜਿਹੜੀ ਸੇਵਾ ਲਾਈ ਹੋਈ ਹੈ। ਬੇਨਤੀ ਹੈਗੀ ਹੈ ਤੁਸੀਂ ਸੋਮਵਾਰ ਹੀ ਆਓ, ਹਰ ਹਰ ਮਹਾਦੇਵ, ਸਭ ਦਾ ਹੱਲ ਬਾਬੇ ਨੇ ਹੀ ਕਰਨਾ।